ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਨੂੰ ਬਹੁਤ ਹੀ ਸੋਹਣੀ ਇੱਕ ਲੋਕੇਸ਼ਨ 'ਤੇ ਲੈ ਕੇ ਆਏ ਹਾਂ। ਟਰੈਵਲਰ ਸਬਿਊਟੀ ਯੂਟਿਊਬ ਚੈਨਲ ਫੇਸਬੁੱਕ ਪੇਜ ਤੋਂ ਤੁਸੀਂ ਦੇਖ ਰਹੇ ਹੋ ਪਨ ਫਨ, ਇੱਕ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਪ੍ਰੋਜੈਕਟ ਪਨ ਫਨ, ਅਤੇ ਨਾਲ ਹੀ ਇੱਕ ਪੂਰਾ ਪ੍ਰੋਜੈਕਟ ਦਾ ਨਾਮ ਹੈਗਾ ਫਨ ਜੁਆਏ, ਜਿਹੜਾ ਲਹਿਰਾ ਮੁਹੱਬਤ ਤੋਂ ਪਹਿਲਾਂ ਲਹਿਰਾ ਬੇਗਾ ਜਿਹੜਾ ਟੋਲ ਪੈਂਦਾ ਉਹਦੇ ਨਜ਼ਦੀਕ ਪੈਂਦਾ ਇਹ, ਅਤੇ ਆ ਜਾਓ ਆਪਾਂ ਫਿਰ ਤੁਹਾਨੂੰ ਪੂਰੀ ਜਾਣਕਾਰੀ ਤਾਂ ਦਿੰਦੇ ਹਾਂ। ਹਾਂਜੀ ਬਾਈ ਸੁਖਪਾਲ ਜੀ ਖੜ੍ਹੇ ਆ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਪੂਰੇ ਪ੍ਰੋਜੈਕਟ ਦੀ ਜਿਹੜੀ ਕੰਪਲੀਟ ਇਨਫੋਰਮੇਸ਼ਨ, ਕੰਪਲੀਟ ਜਾਣਕਾਰੀ ਜਾਂ ਜਿਹੜੇ ਇੱਥੇ ਪੈਕੇਜ ਆ ਜਾਂ ਜੋ ਵੀ ਹੈ ਇੱਥੇ, ਕਿਉਂਕਿ ਇੱਕ ਨਵਾਂ ਪ੍ਰੋਜੈਕਟ ਹੈ ਦੋਸਤੋ, ਮੈਨੂੰ ਲੱਗਦਾ ਵੀ ਇਹ ਆਪਣੇ ਇਸ ਨੌਰਥ ਇੰਡੀਆ ਦਾ ਪਹਿਲਾ ਪ੍ਰੋਜੈਕਟ ਹੋਊਗਾ ਜਿਹੜਾ ਐਡਾ ਵੱਡਾ ਪ੍ਰੋਜੈਕਟ ਅਸੀਂ ਦੇਖਿਆ ਪਹਿਲਾਂ ਉਹ ਲੱਗਿਆ, ਅਤੇ ਉਹਦੀ ਪੂਰੀ ਜਾਣਕਾਰੀ ਬਾਈ ਜੀ ਦੇਣਗੇ। ਹਾਂਜੀ ਬ੍ਰਦਰ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ। ਬਹੁਤ ਸੋਹਣਾ, ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜਿਹੜਾ ਤੁਸੀਂ ਇਹ ਬਹੁਤ ਸ਼ਾਨਦਾਰ ਇੱਕ ਪ੍ਰੋਜੈਕਟ ਲੈ ਕੇ ਆਏ ਹੋ, ਅਤੇ ਲੋਕ ਇੱਥੇ ਆਉਣਗੇ ਆਪਣਾ ਇੰਜੋਏ ਕਰਨਗੇ ਲਾਈਫ ਨੂੰ, ਬੱਚੇ ਆਉਣਗੇ ਆਪਦਾ ਉਹ ਵੀ ਇੰਜੋਏ ਕਰਨਗੇ। ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਪੂਰੀ ਜਾਣਕਾਰੀ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਪਹੁੰਚਾਈਏ ਤਾਂ ਦੱਸੀਏ, ਤਾਂ ਕਿ ਉਹਨਾਂ ਨੂੰ ਪਤਾ ਲੱਗੇ, ਤਾਂ ਕਿ ਉਹ ਇੱਥੇ ਆਉਣ। ਓਕੇ ਬਾਈ ਜੀ, ਹਾਂਜੀ, ਥੈਂਕ ਯੂ, ਤੁਹਾਡਾ ਇੱਥੇ ਆਉਣ ਤੋਂ ਪਹਿਲਾਂ ਤਾਂ ਵੈਲਕਮ ਆ ਸਾਡੇ ਵੱਲੋਂ। ਅਤੇ ਇਹ ਜਿਹੜਾ ਪ੍ਰੋਜੈਕਟ ਹੈ ਜੀ, ਇਹਦੀ ਜਿਹੜੀ ਲੋਕੇਸ਼ਨ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ। ਹਾਂਜੀ ਹਾਂਜੀ, ਇਹ ਲਹਿਰਾ ਬੇਗਾ ਪਿੰਡ ਦੀ ਅਤੇ ਟੋਲ ਪਲਾਜ਼ਾ ਪੁੱਛੋ ਦੇ ਨੇੜੇ ਪੈਂਦਾ ਇਹ ਪ੍ਰੋਜੈਕਟ ਆਪਣਾ। ਠੀਕ ਹੈ ਜੀ। ਅਤੇ ਇਹ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਆਪਣਾ ਹੈਗਾ ਇਨਡੋਰ ਗੇਮ ਜ਼ੋਨ ਹੈ, ਜਿਹੜਾ ਆਪਣਾ ਇਨਡੋਰ ਗੇਮ ਜ਼ੋਨ ਹੈ, ਇਹ ਨੌਰਥ ਇੰਡੀਆ ਦਾ ਵੱਡਾ ਪ੍ਰੋਜੈਕਟ ਹੈ। ਰਾਈਟ, ਵੱਡਾ ਪ੍ਰੋਜੈਕਟ ਹੈ। ਉਹ ਜਿਹੜੇ ਇਹਦੇ ਵਿੱਚ ਕੁਛ ਗੇਮਸ ਹੈਗੀਆਂ ਨੇ ਉਹ ਇੰਡੀਆ ਦੇ ਵਿੱਚ ਵੀ ਆਪਣੇ ਨਹੀਂ ਹੈਗੀਆਂ, ਜਿਹਦੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਜਰਨੀ ਟੂ ਮੂਨ ਦਾ ਸਾਡੇ ਕੋਲ ਕਨਸੈਪਟ ਅਸੀਂ ਇਹਦੇ 'ਚ ਲੈ ਕੇ ਆਏ ਹਾਂ, ਉਹ ਪਹਿਲਾਂ ਇੰਡੀਆ ਦੇ ਵਿੱਚ ਹੈ ਨੀਗਾ। ਅੱਛਾ। ਅਤੇ ਉਹਦੇ ਵਿੱਚ ਆਪਾਂ ਲਿਜਾ ਕੇ ਤੁਹਾਨੂੰ ਦੁਨੀਆ ਨੂੰ ਸਾਰੇ ਜਿਹੜੇ ਆਪਣੇ ਲੋਕ ਆਉਣਗੇ, ਉਹਨਾਂ ਕਸਟਮਰ ਆਉਣਗੇ, ਸਕੂਲੀ ਬੱਚਿਆਂ ਵਾਸਤੇ ਉਹ ਖਾਸ ਕਰਕੇ ਇੱਕ ਹੈਗਾ ਵੀ ਉਹਨਾਂ ਨੂੰ ਚੰਦ 'ਤੇ ਲੈ ਕੇ ਜਾਣਾ। ਵੈਰੀ ਗੁੱਡ। ਹਾਂ, ਚੰਦ 'ਤੇ ਉੱਪਰ ਕਿਵੇਂ ਸਿਸਟਮ ਹੈਗਾ ਉਹਦੇ ਬਾਰੇ ਉਹ ਜਾਣਕਾਰੀ ਦਿੰਦਾ, ਮਤਲਬ ਉਹਨਾਂ ਨੂੰ ਐਜੂਕੇਟ ਕਰੋਗੇ ਪ੍ਰੋਪਰ ਤਰੀਕੇ। ਹਾਂਜੀ 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 ਹਾਂਜੀ। ਰਾਈਟ। ਬਾਕੀ ਇਹਦੇ 'ਚ AR ਗੇਮਸ ਹੈਗੀਆਂ ਨੇ, ਜਿਹੜੀਆਂ 30 ਸਾਡੇ ਕੋਲ AR ਗੇਮਸ ਨੇ ਔਰ 6 ਸਾਡੇ ਕੋਲ VR ਗੇਮਸ ਨੇ, ਔਰ ਇੱਕ ਇਹਦੇ ਵਿੱਚ ਹੰਟਡ ਹਾਊਸ ਬਣਿਆ ਹੋਇਆ ਹੈਗਾ, ਅਤੇ ਜੰਗਲ ਸਫਾਰੀ ਹੈ ਜਿਹਦੇ 'ਚ ਆ ਕੇ ਬੱਚੇ ਅਤੇ ਵੱਡੇ ਵੀ ਆ ਕੇ ਆਪਦਾ ਇੰਟਰਟੇਨਮੈਂਟ ਕਰ ਸਕਦੇ ਆ। ਇੱਕ ਇਹਦੇ 'ਚ ਖਾਸ ਜਿਹੜਾ ਸਾਡਾ ਟਰੰਪਲਿਨ ਪਾਰਕ ਹੈ, ਉਹ ਵੀ ਨੌਰਥ ਇੰਡੀਆ ਦਾ ਵੱਡਾ ਸਾਡਾ ਟਰੰਪਲਿਨ ਪਾਰਕ ਹੈ। ਇੱਕ ਸੌਫਟ ਪਲੇ ਸਟੇਸ਼ਨ ਜਿਹੜਾ ਬੱਚਿਆਂ ਲਈ ਹੁੰਦਾ ਹੈ, ਉਹ ਵੀ ਸਾਡਾ ਇੰਡੀਆ ਦਾ ਵੱਡਾ ਸਾਡਾ ਜਿਹੜਾ ਸੌਫਟ ਪਲੇ ਸਟੇਸ਼ਨ ਹੈਗਾ ਜੀ। ਹਾਂ, ਅਤੇ ਇਹਦੇ 'ਚ ਨਾਲ ਸਾਡਾ ਅਸੀਂ ਰੈਸਟੋਰੈਂਟ ਹੈਗਾ, ਬਾਰ ਹੈਗਾ, ਅਤੇ ਜਿਹੜੀ ਇਹਦੀ ਲੋਕੇਸ਼ਨ ਆ ਸਾਡੀ ਵਾਰ ਦੀ ਉੱਪਰੋਂ ਜੇ ਦੇਖੀਏ ਤਾਂ ਇੱਕ ਤਾਂ ਬਹੁਤ ਸ਼ਾਂਤ ਏਰੀਏ 'ਚ ਹੈ, ਅਤੇ ਆਲੇ ਦੁਆਲੇ ਤੁਹਾਨੂੰ ਪਾਣੀ ਵਾਟਰ ਪਾਰਕ ਵਾਲੀ ਸਾਈਡ ਦਾ ਜਿਹੜਾ ਵਿਊ ਮਿਲਣਾ ਉਹ ਬਾ ਕਮਾਲ ਹੈ। ਰਾਈਟ। ਹਾਂਜੀ ਹਾਂਜੀ। ਅਤੇ ਉਸ ਤੋਂ ਅੱਗੇ ਜੇ ਆਪਾਂ ਜਾਈਏ ਆਪਣਾ ਇਹ ਪਨ ਫਨ ਹੈ ਇਨਡੋਰ, ਇਹਦੇ ਨਾਲ ਹੀ ਜਿਹੜਾ ਅਸੀਂ 1 ਅਪ੍ਰੈਲ ਤੋਂ ਓਪਨ ਕਰ ਰਹੇ ਹਾਂ ਉਹ ਹੈਗਾ ਗਾ ਪਨ ਜੁਆਏ ਦੇ ਨਾਮ 'ਤੇ ਵਾਟਰ ਪਾਰਕ ਆ। ਰਾਈਟ। ਜਿਹੜਾ ਵਾਟਰ ਪਾਰਕ ਆ ਸਾਡਾ ਉਹਦੇ ਵਿੱਚ ਵੀ ਨੌਰਥ ਇੰਡੀਆ ਦਾ ਬਿਗੈਸਟ ਹੈ, ਬਟ ਜਿਹੜੀਆਂ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਟ੍ਰੈਜਰ ਸ਼ਿਪ ਹੈ। ਰਾਈਟ। ਬਹੁਤ ਵੱਡਾ ਏਰੀਆ ਹੈਗਾ, ਉਹ ਵੀ ਇੰਡੀਆ ਦਾ ਸਾਡੇ ਕੋਲ ਪਹਿਲਾਂ। ਇੱਕ ਇਹਦੇ 'ਚ ਰਿਵਰ ਹੈ, ਕ੍ਰੇਜ਼ੀ ਰਿਵਰ, ਕ੍ਰੇਜ਼ੀ ਕਮ ਲੇਜ਼ੀ ਹੈ, ਉਹ ਵੀ ਇੰਡੀਆ ਦੀ ਬਿਗੈਸਟ ਰਿਵਰ ਹੈ, ਜਿਹੜੀ 1,350 ਫੁੱਟ ਲੰਬੀ ਹੈ ਔਰ 20 ਫੁੱਟ ਚੌੜੀ ਹੈ। ਓਕੇ। ਔਰ ਉਹਦੇ 'ਚ ਇੱਕ ਬੜੀ ਮਜ਼ੇਦਾਰ ਗੱਲ ਹੈ ਵੀ ਉਹ 350 ਫੁੱਟ ਅੰਡਰਗਰਾਊਂਡ ਹੈ, ਉਹਦੇ 'ਚ ਤੁਹਾਨੂੰ ਅਲੱਗ ਅਲੱਗ ਵਿਊਜ਼ ਮਿਲਣਗੇ। ਤੁਸੀਂ ਜਾ ਰਹੇ ਹੋ ਅੰਦਰ ਤਾਂ ਤੁਹਾਨੂੰ ਇੱਦਾਂ ਲੱਗੂਗਾ ਵੀ ਅੱਗੇ ਤਾਂ ਵਾਲ ਆ ਗਈ, ਬਟ ਜਦੋਂ ਤੁਸੀਂ ਨਿਕਲ ਜਾਓਗੇ ਫਿਰ ਅੱਗੇ ਪੂਰਾ ਫਨ ਉਹਦੇ 'ਚ ਤੁਹਾਨੂੰ ਮਿਲੂਗਾ ਹੈ ਨਾ।
ਤੇ ਬਾਕੀ ਸਾਰੀਆਂ ਇਹਦੇ 'ਚ ਇੱਕ ਬੈਟਬਬ ਲਾ ਰਿਹਾ, ਉਹ ਵੀ ਸਵੀਡਨ ਤੋਂ ਅਸੀਂ ਲੈ ਕੇ ਆਏ ਹਾਂ, ਉਹ ਵੀ ਨਵੀਂ ਆਈਟਮ ਹੈ। ਅਤੇ ਉਹਦੇ 'ਚ ਵੀ ਬੱਚੇ ਮਤਲਬ ਉਹ ਗੁਬਾਰਾ ਟਾਈਪ ਫੁੱਲਿਆ ਹੁੰਦਾ ਪਾਣੀ, ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਫਿਰ ਗਿਰ ਜਾਂਦੇ ਨੇ, ਉਹ ਵੀ ਬੜੀ ਫਨ ਵਾਲੀ ਚੀਜ਼ ਹੈ। ਬਾਕੀ ਇਹਦੇ 'ਚ ਸਾਡੇ ਸਲਾਈਡਾਂ ਦੇ 3 ਟਾਵਰ ਨੇ ਜਿਹੜੇ ਕਿ ਉਹਦੇ 'ਚ ਵੀ ਨਵੀਆਂ ਸਲਾਈਡਾਂ ਨੇ। ਰਾਈਟ, ਟੋਟਲ ਜਿਹੜੀਆਂ ਸਾਡੇ ਕੋਲ 3 ਟਾਵਰਾਂ ਤੋਂ ਸਲਾਈਡਾਂ ਨਿਕਲਣ ਗੀਆਂ, 29 ਸਲਾਈਡਸ ਨੇ, 29 ਸਲਾਈਡਾਂ ਨੇ। ਅਤੇ ਇੱਕ ਇਹਦਾ ਬਾਈ ਖਾਸ ਕਰਕੇ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਇਹਦਾ ਡਿਜ਼ਾਇਨ ਹੈ, ਅਸੀਂ ਕੈਨੇਡਾ ਦੀ ਵਾਈਟ ਵਾਟਰ ਕੰਪਨੀ ਤੋਂ, ਵਰਲਡ ਦੀ ਨੰਬਰ 1 ਕੰਪਨੀ ਹੈ, ਉਹਦੇ ਤੋਂ ਡਿਜ਼ਾਇਨ ਕਰਾਇਆ ਅਤੇ ਬਹੁਤ ਹੀ ਸੋਹਣਾ ਡਿਜ਼ਾਇਨ ਕੀਤਾ। ਰਾਈਟ, ਹਾਂਜੀ, ਵੈਰੀ ਗੁੱਡ। ਦੇਖੋ ਪਿੱਛੇ ਮੈਂ ਦੇਖਿਆ ਉੱਪਰੋਂ ਇੱਕ ਸਮੁੰਦਰੀ ਜਹਾਜ਼ ਟਾਈਪ ਤਿਆਰ ਹੋ ਰਿਹਾ, ਇੱਕ ਰੈਸਟੋਰੈਂਟ ਟਾਈਪ, ਹੈ ਨਾ ਜੀ? ਹਾਂਜੀ ਹਾਂਜੀ ਹਾਂਜੀ, ਉਹ ਤਾਂ ਇੱਕ ਮੈਨੂੰ ਲੱਗਦਾ ਵੀ ਜ਼ਿਆਦਾ ਖਿੱਚ ਦਾ ਕੇਂਦਰ ਹੋਊਗਾ ਤੁਹਾਡੇ ਇਸ ਸਾਰੇ ਪ੍ਰੋਜੈਕਟ ਦਾ। ਹਾਂਜੀ ਹਾਂਜੀ। ਅਤੇ ਉਹਦੇ 'ਚ ਕੀ ਰੈਸਟੋਰੈਂਟ ਵਗੈਰਾ ਕਿਸ ਤਰ੍ਹਾਂ ਦੇ ਰੈਸਟੋਰੈਂਟ ਬਣਾ ਰਹੇ ਹੋ ਤੁਸੀਂ? ਉਹਦੇ 'ਚੋਂ ਗਰਮੀਆਂ ਦੇ ਵਿੱਚ ਤਾਂ ਉਹਦੇ 'ਚੋਂ ਸਲਾਈਡਾਂ ਨਿਕਲਣੀਆਂ ਨੇ ਪਾਣੀ ਵਾਲੀਆਂ, ਉਹਦੇ ਵਿੱਚ ਵੜ ਕੇ ਅੰਦਰੋਂ ਪੂਰੀ ਫਿਨਿਸ਼ਿੰਗ ਦਿੱਤੀ ਹੋਈ ਹੈ, ਅਲੱਗ ਅਲੱਗ ਪਲੇਟਫਾਰਮ ਬਣੇ ਹੋਏ ਨੇਗੇ। ਰਾਈਟ, ਔਰ ਸਰਦੀਆਂ ਦੇ ਵਿੱਚ ਜਾ ਕੇ ਉਹਨੂੰ ਪੂਰਾ ਰੈਸਟੋਰੈਂਟ ਯੂਜ ਕਰਨਾ ਸੀ। ਰਾਈਟ, ਹਾਂ, ਅਲੱਗ ਅਲੱਗ ਫੰਕਸ਼ਨ, ਉਹ ਪੂਰਾ ਕਨਸੈਪਟ ਅਲੱਗ ਹੀ ਹੈ, ਉਹ ਇੰਡੀਆ ਦੇ ਵਿੱਚ ਵੀ ਨਹੀਂ ਹੈਗਾ ਪੂਰਾ ਕਨਸੈਪਟ। ਹਾਂਜੀ ਹਾਂ। ਅਤੇ ਇਹ ਜਿਹੜਾ ਪੂਰਾ ਪ੍ਰੋਜੈਕਟ ਹੈ ਜੀ, ਮੰਨ ਲਓ ਤੁਹਾਡਾ ਜਿੰਨਾ ਕੁ ਪ੍ਰੋਜੈਕਟ ਹੁਣ ਤੁਸੀਂ ਤਿਆਰ ਕਰ ਚੁੱਕੇ ਹੋ ਅੱਜ, ਹਾਂਜੀ, ਜਿਹੜਾ ਪੈਂਡਿੰਗ ਹੈ ਹਜੇ, ਹਾਂਜੀ ਹਾਂਜੀ, ਇਹਦੀ ਕੁੱਲ ਮਿਲਾ ਕੇ ਜਿਹੜੀ ਸਾਰੀ ਆਪਣੀ ਐਂਟਰੀ ਫੀਸ ਜਾਂ ਟਿਕਟ ਕਹਿ ਲਓ, ਉਹ ਕੀ ਰੱਖੀ ਹੋਈ ਤੁਸੀਂ? ਹਾਂਜੀ ਹਾਂਜੀ, ਮੈਂ ਹੁਣ ਤੁਹਾਨੂੰ ਪਹਿਲਾਂ ਜਿਹੜਾ ਆਪਣਾ ਇਨਡੋਰ ਗੇਮਸ ਵਾਲਾ ਪਨ ਫਨ, ਹਾਂਜੀ, ਪਨ ਫਨ ਦੀ ਜਿਹੜੀ ਸਾਡੀ ਕੋਲ ਅਗਰ ਆਪਾਂ ਪੂਰੀ ਟਿਕਟ ਲੈਂਦੇ ਹਾਂ, ਪੂਰੇ ਇਨਡੋਰ ਦੀਆਂ ਗੇਮਾਂ ਆਪਾਂ ਖੇਲਣੀਆਂ ਨੇ ਤਾਂ ਟੋਟਲ ਉਹਦੀ ਟਿਕਟ ਹੈਗੀ ਆ 2500 ਰੁਪਏ। ਰਾਈਟ, ਬਟ ਹੁਣ ਜਿਹੜਾ ਸਾਡਾ 14 ਫਰਵਰੀ ਤੱਕ ਡਿਸਕਾਊਂਟ ਚੱਲ ਰਿਹਾ 50%, ਤਾਂ ਉਹਨੂੰ 1250 ਦੇ ਵਿੱਚ ਆ ਕੇ ਵੀ ਤੁਸੀਂ ਮਜ਼ੇ ਲੈ ਸਕਦੇ ਹੋ। ਇੱਕ ਹੋਰ ਤੁਹਾਨੂੰ ਖਾਸ ਦੱਸਦਾ ਵੀ ਜਿਹੜੇ ਸਟੂਡੈਂਟਸ ਨੇ ਜਾਂ ਸਕੂਲਸ ਨੇ ਉਹਨਾਂ ਵਾਸਤੇ ਅਸੀਂ ਕੁਝ ਖਾਸ ਡਿਸਕਾਊਂਟ ਡਿਸਾਈਡ ਕੀਤਾ ਹੋਇਆ, ਉਹ ਤੁਹਾਨੂੰ ਬਾਅਦ ਦੇ ਵਿੱਚ ਜਾਣਕਾਰੀ ਦੇਵਾਂਗੇ। ਇੱਕ ਹੋਰ ਜਿਹੜਾ ਆਰਮੀ ਵਾਸਤੇ, ਹਾਂ, ਖਾਸ ਕਰਕੇ ਜਿਹੜੇ ਲੋਕ ਆਰਮੀ ਦੇ ਸਾਡੇ ਕੋਲ ਆਉਣਗੇ ਉਹਨਾਂ ਨੂੰ ਵੀ ਸਪੈਸ਼ਲ ਡਿਸਕਾਊਂਟ ਰੈਸਟੋਰੈਂਟ ਵਾਰ ਅਤੇ ਗੇਮਸ ਦੇ ਵਿੱਚ, ਆਪਣਾ ਜਿਹੜਾ ਪੰਜਵਾਂ ਜਿਹੜਾ ਵਾਟਰ ਪਾਰਕ ਉਹਦੇ ਵਿੱਚ ਵੀ ਦੇਵਾਂਗੇ। ਅੱਛਾ, ਇੱਕ ਗੱਲ ਹੋਰ ਹੈ, ਹਾਂਜੀ ਹਾਂਜੀ, ਜੇ ਬੰਦਾ ਬੱਚਾ ਮੰਨ ਲਓ ਤੁਹਾਡੀਆਂ, ਤੁਸੀਂ ਕਹਿੰਦੇ ਹੋ ਵੀ ਗੇਮ ਵਾਲਾ ਬਣਿਆ ਹੋਇਆ ਤੁਹਾਡਾ, ਉਹਦੇ ਵਿੱਚ ਤੁਸੀਂ ਬਾਰ ਵੀ ਬਣੇ ਹੋਏ, ਕਿਸੇ ਓਨਲੀ ਤੁਹਾਡੇ ਬਾਰ ਦੇ ਵਿੱਚ ਆਉਣਾ ਹੋਵੇ, ਆਪਦਾ ਬਹਿ ਕੇ ਤਾਂ ਉਹਦਾ ਇੰਜੋਏ ਕਰਨਾ ਹੋਵੇ, ਉਹਦੀ ਕੋਈ ਫੀਸ ਤਾਂ, ਉਹਦੀ ਵੀ ਐਂਟਰੀ ਫੀਸ? ਨਹੀਂ, ਉਹਦੀ ਕੋਈ ਐਂਟਰੀ ਫੀਸ ਨਹੀਂ ਹੈ। ਬਾਰ ਦੇ ਵਿੱਚ ਆ ਕੇ ਜੋ ਵੀ ਬਾਰ ਦਾ ਉਹ ਖਰਚਾ ਵਰਚਾ ਮੈਨੂੰ ਹੈਗਾ, ਉਹ ਉਸ ਦੇ ਹਿਸਾਬ ਨਾਲ ਹੋਣਾ ਵੀ ਉਹ ਬਾਰ ਦੇ ਵਿੱਚ ਕੋਈ ਫੀਸ ਨਹੀਂ ਤੁਹਾਡੀ, ਐਂਟਰੀ ਫੀਸ ਕੋਈ ਇਸ ਤਰ੍ਹਾਂ ਦੀ ਨਹੀਂ ਹੈਗੀ ਵੀ ਜੇ ਆਉਣ ਤੋਂ ਪਹਿਲਾਂ ਤੁਸੀਂ ਲੈ ਲਓ ਇਹੋ ਜਿਹਾ, ਕੋਈ ਗੱਲ ਨਹੀਂ, ਨਹੀਂ ਇੱਦਾਂ ਦਾ ਕੋਈ ਐਂਟਰੀ ਫੀਸ। ਰਾਈਟ ਰਾਈਟ, ਹਾਂ, ਉਹ ਇਨਡੋਰ ਗੇਮਸ ਦੇ ਵਿੱਚ ਤੁਸੀਂ ਆਉਂਦੇ ਹੋ, ਉਹ ਇੱਕ ਕਾਰਡ ਜ਼ਰੂਰ ਬਣਦਾ ਜਿਹ ਤੋਂ ਅੱਗੇ ਤੁਸੀਂ ਮਸ਼ੀਨਾਂ 'ਤੇ ਲਾ ਕੇ ਚਲਾਉਂਦੇ ਹੋ, ਉਹ ਕਾਰਡ ਤੁਹਾਨੂੰ ਮਿਲ ਜਾਏਗਾ। ਠੀਕ ਹੈ, ਹਾਂਜੀ। ਅਤੇ ਕੋਈ ਹੋਰ ਗੱਲਬਾਤ, ਕੋਈ ਹੋਰ ਜਿਹੜਾ ਸਾਰੇ ਮਹੀਨੇ ਦੇ ਵਿੱਚ ਤੁਸੀਂ ਡਿਸਕਾਊਂਟ, ਜਿਹੜੇ ਇੱਥੇ ਤੁਹਾਡੇ ਦੇਖਣ ਵਾਲੇ ਲੋਕ ਆਉਣਗੇ, ਕੋਈ ਹੋਰ ਸਪੈਸ਼ਲ ਸਕੀਮ ਸੋਚਿਓ ਜਿਹੜੀ ਮਹੀਨੇ ਦੇ ਵਿੱਚ ਆ ਕੇ ਸਪੈਸ਼ਲ ਨੇ ਰੱਖਿਆ ਹੋਵੇ? ਉਹ ਵੀ ਹੈਗੇ ਨੇ, ਅਗਰ ਕੋਈ ਤੁਸੀਂ ਮੰਥਲੀ ਜਿੱਦਾਂ ਬੋਲਿੰਗ ਹੈ, ਬੋਲਿੰਗ ਏਰੀਆ ਪਰ ਇੱਕ ਗੇਮ ਦਾ ਸਾਡਾ 300 ਰੁਪਏ ਰੱਖਿਆ ਹੋਇਆ ਹੈਗਾ, ਉਹਦੇ 'ਚ 6 ਰਾਊਂਡ ਹੁੰਦੇ ਨੇ ਇੱਕ 'ਚ, ਉਹਦੇ ਅਲੱਗ ਅਲੱਗ ਅਸੀਂ ਉਹ ਵੀ ਬਣਾਏ ਹੋਏ ਨੇ। ਮੰਨ ਲਓ ਇੱਕ ਮਹੀਨੇ 'ਚ ਤੁਸੀਂ ਲਗਾਤਾਰ ਆਉਣਾ ਚਾਹੁੰਦੇ ਹੋ ਤਾਂ ਉਹਦਾ ਕੁਛ ਹੈਗਾ 13000 ਰੁਪਏ ਦਾ ਇੱਕ ਵਾਰ 'ਚ ਤੁਸੀਂ ਉਹਨੂੰ ਲੈ ਕੇ, ਮਹੀਨੇ ਦੇ ਵਿੱਚ ਤੁਹਾਨੂੰ ਵਾਰ ਵਾਰ ਪਰਚੇਜ ਕਰਨ ਦੀ ਲੋੜ ਨਹੀਂ ਹੈ, ਉਹ ਅਲੱਗ ਅਲੱਗ ਸਾਡੇ ਸਿਸਟਮ ਬਣਿਆ ਹੋਇਆ। ਠੀਕ ਹੈ, ਠੀਕ ਹੈ, ਹਾਂਜੀ ਹਾਂਜੀ। ਰਾਈਟ, ਬਹੁਤ ਵਧੀਆ, ਤੁਸੀਂ ਜਿਹੜੀਆਂ ਹੈਗੀਆਂ ਇਹ ਪ੍ਰੋਜੈਕਟ ਬਠਿੰਡਾ ਸ਼ਹਿਰ ਨੂੰ ਦੇ ਰਹੇ ਹੋ, ਅਤੇ ਇੱਥੇ ਰਹਿਣ ਵਾਲੇ ਆਲੇ ਦੁਆਲੇ ਦੇ ਸਾਰਾ ਏਰੀਆ ਉਹ ਸਾਰਾ ਇੰਜੋਏ ਕਰੂਗਾ। ਕੋਈ ਹੋਰ ਗੱਲਬਾਤ ਜਿਹੜੀ? ਹੋਰ ਗੱਲਬਾਤ, ਇਹ ਟੋਟਲ ਜਿਹੜਾ ਹੈਗਾ 20 ਕਿੱਲਿਆਂ ਦੇ ਵਿੱਚ ਪ੍ਰੋਜੈਕਟ ਆ ਸਾਡਾ। ਵੈਰੀ ਗੁੱਡ। ਅਤੇ ਪਾਰਕਿੰਗ ਲਈ ਅਸੀਂ ਸਪੈਸ਼ਲ 6 ਕਿੱਲੇ ਦੇ ਰੱਖੇ ਹੋਏ, ਓਨਲੀ ਪਾਰਕ ਲਈ? ਹਾਂਜੀ ਹਾਂਜੀ ਹਾਂਜੀ। ਅਤੇ ਲੋਕਾਂ ਨੂੰ ਮਤਲਬ ਜਿਹੜਾ ਵਾਟਰ ਪਾਰਕ ਦੇ ਵਿੱਚ ਸਾਡਾ ਜਿਹੜੀ ਸਾਡੀ ਸੋਚ ਹੈ ਕਲੀਨ ਵਾਟਰ,
ਜਿਹੜਾ ਕਿ ਉਹਦੇ ਵਾਸਤੇ ਸਾਡਾ ਜਿਹੜਾ ਫਿਲਟਰੇਸ਼ਨ ਸਿਸਟਮ ਹੈ ਉਹ ਅਸੀਂ ਸਭ ਤੋਂ ਸਟਰੋਂਗ ਸਿਸਟਮ ਲਾ ਰਹੇ ਹਾਂ, ਰਾਈਟ, ਅਤੇ ਕਲੀਨ ਵਾਟਰ ਔਰ ਗਰੀਨਰੀ। ਓਕੇ, ਲੋਕਾਂ ਨੂੰ ਆ ਕੇ ਇੱਧਰ ਜਿਹੜੇ ਲੋਕ ਸਟ੍ਰੈਸ ਦੇ ਵਿੱਚ ਬਾਹਰ ਰਹਿੰਦੇ ਨੇ, ਇੱਥੇ ਆ ਕੇ ਸ਼ਾਂਤੀ ਮਿਲੇ, ਆਪਦਾ ਪੂਰਾ ਮਨੋਰੰਜਨ ਕਰਕੇ ਜਾਣ ਅਤੇ ਬੋਲਣ ਵੀ ਵਾਹ ਯਾਰ, ਬਾਕੀ ਆਪਾਂ ਚੀਜ਼ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਠੀਕ ਹੈ। ਵਾਟਰ ਪਾਰਕ ਇਸ ਸਾਲ ਗਰਮੀ 'ਚ ਤੁਸੀਂ ਕਰਵਾਓਗੇ? ਹਾਂਜੀ ਹਾਂਜੀ ਹਾਂਜੀ, 1 April ਨੂੰ ਉਹਦੀ ਵੀ ਓਪਨਿੰਗ ਹੈ। ਵੈਰੀ ਗੁੱਡ, ਵੈਰੀ ਗੁੱਡ, ਹਾਂਜੀ ਹਾਂਜੀ। ਚਲੋ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਮਾਂ ਦਿੱਤਾ। ਠੀਕ ਹੈ, ਥੈਂਕ ਯੂ ਜੀ। ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਵੀ ਜਿਹੜਾ ਤੁਹਾਡਾ ਇਹ ਪ੍ਰੋਜੈਕਟ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਬਠਿੰਡਾ ਸ਼ਹਿਰ ਦੇ ਅਤੇ ਆਲੇ ਦੁਆਲੇ ਦੇ ਲੋਕ ਇੱਥੇ ਆ ਕੇ ਆਪਣੀ ਲਾਈਫ ਨੂੰ ਇੰਜੋਏ ਕਰ ਸਕਣ। ਅਤੇ ਹੁਣ ਦੋਸਤੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅੰਦਰੋਂ ਸਾਰਾ ਇਹ ਗੱਲਬਾਤ। ਗੇਮਾਂ ਬਾਰੇ ਦੱਸਣ ਲੱਗਿਆ, ਵੈਸੇ ਤਾਂ ਆਪਣੇ ਕੋਲ ਬਹੁਤ ਸਾਰੀਆਂ ਗੇਮਸ ਨੇ, ਜਿਵੇਂ ਕਿ ਤੁਸੀਂ ਆਪਣੇ ਕੋਲ ਫਸਟ ਆਪਾਂ ਸਟਾਰਟ ਕਰਦੇ ਹਾਂ VR ਗੇਮਸ। VR ਗੇਮਸ ਨੇ ਆਪਣੇ ਕੋਲ ਲਾਈਕ ਦਿਸ, ਇਹ ਹੈਗੀਆਂ ਨੇ ਆਪਾਂ ਨੂੰ ਮਹਿਸੂਸ ਕਰਾਉਣੀਆਂ ਜਿਵੇਂ ਕਿ ਆਪਾਂ ਸੱਚਮੁੱਚ ਉਹਦੇ ਵਿੱਚ ਬੈਠੇ ਹੁੰਦੇ ਹਾਂ, ਟ੍ਰੇਨ ਦੇ ਵਿੱਚ ਬੈਠੇ ਹੁੰਦੇ ਹਾਂ। ਇਹ ਜਿਵੇਂ ਕਿ ਆਪਣੀ ਇਹ ਵਾਲੀ ਗੇਮ ਆ, ਇਹ 360 ਟਰਨ ਹੁੰਦੀ ਹੈ ਜੀ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਇਹ ਬੰਦਿਆਂ ਨੂੰ ਆਪਣਾ ਪੂਰਾ ਪੁੱਠਾ ਕਰਕੇ ਦਿਖਾਉਂਦੀ ਹੈ ਜੀ। ਜਿਵੇਂ ਆਪਾਂ ਟ੍ਰੇਨ 'ਚ ਬੈਠੇ ਹਾਂ ਨਾ ਜੀ, ਟ੍ਰੇਨ ਬਾਹਰਲੇ ਟ੍ਰੇਨ ਕਰਾ ਪੂਰੀਆਂ ਟਰਨ ਹੁੰਦੀਆਂ ਨਾ ਜੀ, ਉਵੇਂ ਦੀ ਆ ਇਹ ਆਪਣੀ ਹੈਗੀ ਹੈ ਜੀ ਸਪੀਡ ਕਾਰ ਰੇਸਿੰਗ। ਜਿਵੇਂ ਕਿ ਆਪਾਂ ਕਾਰ 'ਚ ਬੈਠ ਕੇ ਆਪਾਂ ਨੂੰ ਜਿਵੇਂ ਕਿ ਲੱਗਦਾ ਹੁੰਦਾ ਨਾ ਆਪਾਂ ਉੱਪਰ ਨੀਚੇ ਹੁੰਦੇ ਹਾਂ, ਟੇਢੇ ਮੇਢੇ ਹੁੰਦੇ ਹਾਂ, ਉਵੇਂ ਆਪਾਂ ਨੂੰ ਸਾਰਾ ਕੁਛ ਸਹੀ ਉਵੇਂ ਕਰਕੇ ਦਾ ਹੋਵੇ। ਸਾਰਾ ਆਪਾਂ ਸੈਟਅਪ ਚਾਈਨਾ ਤੋਂ ਕੀਤਾ ਗਾ, ਜਿਵੇਂ ਕਿ ਆਪਾਂ ਬਹੁਤ ਚੀਜ਼ਾਂ ਇਹੋ ਜਿਹੀਆਂ ਲਿਆਉਂਦੀਆਂ ਨੇ ਜਿਹੜੀਆਂ ਕਿ ਇੱਥੇ ਹੈ ਨਹੀਂ ਗੀਆਂ। ਇਹ ਵੀ ਆਪਣੀ VR ਗੇਮ ਆ। VR ਗੇਮ ਕੀ ਲਾਈਕ ਆਪਾਂ ਸ਼ਾਰਟ ਵਗੈਰਾ ਲਗਾਵਾਂਗੇ, ਇਹ ਛੋਟੇ ਬੱਚਿਆਂ ਵਾਲੀਆਂ ਗੇਮਸ ਨੇ ਜੀ ਆਪਣੇ ਕੋਲ, ਸਾਰੀਆਂ ਇਹ ਛੋਟੇ ਬੱਚਿਆਂ ਵਾਲੀਆਂ ਗੇਮਸ ਨੇ। ਆਹ ਦੇਖੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਬੱਚਾ ਪ੍ਰਾਈਜ਼ ਵੀ ਲੈ ਕੇ ਜਾ ਸਕਦਾ ਹੈਗਾ, ਆਪਾਂ ਜਿੱਤੂ ਤੇ ਪ੍ਰਾਈਜ਼ ਲੈ ਕੇ ਜਾਊਗਾ। ਆਹ ਦੇਖੋ ਜੀ, ਜਿਵੇਂ ਇਹ ਸਾਰੀਆਂ ਬੱਚਿਆਂ ਵਾਲੀਆਂ ਗੇਮਸ ਹੀ ਨੇ, ਸਾਰੀਆਂ ਪ੍ਰਾਈਜ਼ ਵਗੈਰਾ ਜਿੱਤ ਕੇ ਲੈ ਕੇ ਜਾ ਸਕਦਾ ਜੀ ਆਪਣਾ, ਹੈ ਨਾ, ਬੱਚਿਆਂ ਵਾਸਤੇ ਬਹੁਤ ਅਨੋਖੀ ਚੀਜ਼। ਜਿਵੇਂ ਕਿ ਆਪਾਂ ਕਈ ਵਾਰ ਬੱਚਿਆਂ ਨੇ ਪਾਰਟੀ ਵਗੈਰਾ ਕਰਨੀ ਹੁੰਦੀ ਆ, ਹੈ ਨਾ, ਛੋਟੇ ਬੱਚਿਆਂ ਦੀ ਜਨਮ ਦਿਨ ਪਾਰਟੀਜ਼ ਹੁੰਦੀਆਂ ਨੇ, ਆਪਾਂ ਉਹ ਵੀ ਰੱਖਿਆ ਹੋਇਆ ਗਾ ਛੋਟੀਆਂ ਮੋਟੀ ਪਾਰਟੀਜ਼ ਕਰਨ ਬੱਚਿਆਂ ਵਾਸਤੇ। ਹਾਂਜੀ ਹਾਂਜੀ, ਛੋਟੇ ਬੱਚਿਆਂ ਦੀ ਇਹ ਬੋਲਿੰਗ ਆ ਜੀ, ਜਿਹੜੀ ਆਪਾਂ ਬੋਲਿੰਗ ਨਹੀਂ ਕਰਦੇ ਹੁੰਦੇ ਜੀ, ਉਵੇਂ ਦੀ ਇਹ ਬੋਲਿੰਗ ਆ। ਉਹ ਛੋਟੇ ਬੱਚਿਆਂ ਦੀ ਬਾਸਕਿਟਬਾਲ ਵਾਲੀ ਆ ਜੀ, ਬਾਸਕਿਟਬਾਲ ਵਗੈਰਾ ਪਾਉਣ ਵਾਸਤੇ ਜੀ। ਇਹ ਵੱਡੇ ਬੱਚਿਆਂ ਵੱਡਿਆਂ ਵਾਸਤੇ ਆ ਗਈ, ਜਿਵੇਂ ਆਪਾਂ ਬਾਸਕਿਟਬਾਲ ਪਾਉਣੇ ਹੁੰਦੇ ਹਾਂ ਨਾ ਜੀ, ਐਵੇਂ ਥਰੋ ਕਰਕੇ, ਇਹ ਵਾਲੀ ਆ ਗਈ ਜੀ, ਬਾਸਕਿਟਬਾਲ ਵਾਲੀ ਆ ਗਈ। ਇਹ ਆਪਣੀ ਗੇਮਸ ਆ ਗਈ, ਜਿਵੇਂ ਆਪਾਂ ਮੋਬਾਈਲ ਵਗੈਰਾ 'ਚ ਖੇਡਦੇ ਹੁੰਦੇ ਹਾਂ, ਉਵੇਂ ਅਸੀਂ ਅਸਲੀ ਵਾਸਤੇ ਲਿਆਉਂਦੀਆਂ ਨੇ, ਕਿਉਂਕਿ ਬੱਚਿਆਂ ਦੀ ਫੋਨ 'ਤੇ ਨਿਗਾਹ ਬਹੁਤ ਲੱਗਦੀ ਹੈ। ਇਹ ਆਪਣੀ ਐਂਟਰੀ ਹੈ ਜੀ, ਇੱਥੋਂ ਬੱਚਾ ਐਂਟਰ ਕਰੂਗਾ। ਚਲਾਉਂਗੇ ਚਲਾਉਂਗੇ, ਜਿਵੇਂ ਕਿ ਹੈਲੀਕਾਪਟਰ ਹੁੰਦਾ ਗਾ, ਬੱਚਿਆਂ ਨੂੰ ਬਹੁਤ ਸ਼ੌਂਕ ਹੁੰਦਾ ਹੈਲੀਕਾਪਟਰ ਦੇ ਵਿੱਚ ਬੈਠਣ ਦਾ, ਉਵੇਂ ਦਾ ਆਪਾਂ ਐਕਸਪੀਰੀਅੰਸ ਦਿਵਾਵਾਂਗੇ। ਇਹ ਜੰਪਿੰਗ ਵਾਲਾ ਆ ਗਿਆ ਜੀ ਆਪਣਾ, ਜਿਵੇਂ ਕਿ ਬੱਚੇ ਆ ਜੰਪ ਕਰ ਰਹੇ ਆ, ਇਹ ਸਾਰਾ ਪੂਰਾ ਹੈਗਾ ਜੀ ਆਪਣਾ ਜੰਪਿੰਗ।
ਸਰਦੀਆਂ ਲਈ ਤਾਂ ਆਪਣੇ ਕੋਲ ਇਨਡੋਰ ਹੈਗਾ ਗਾ, ਹੁਣ ਆਪਾਂ ਗਰਮੀਆਂ ਲਈ ਵੀ ਲੈ ਕੇ ਆ ਰਹੇ ਹਾਂ। ਜਿਵੇਂ ਬੱਚਿਆਂ ਵਾਸਤੇ ਆਪਾਂ ਸ਼ਿਪ ਬਣਾਈ ਆ ਸਪੈਸ਼ਲ, ਜਿਵੇਂ ਕਿ ਇਹਦੇ ਵਿੱਚ ਬੱਚੇ ਪੂਰਾ ਫਨ ਕਰਨਗੇ, ਸਲਾਈਡਸ ਵਗੈਰਾ ਹੋਣਗੀਆਂ ਇਹਦੇ ਵਿੱਚ, ਅਤੇ ਹੋਰ ਚੀਜ਼ਾਂ ਬਹੁਤ ਕੁਛ ਨੇ, ਜਿਵੇਂ ਕਿ ਇੱਥੇ ਪਾਣੀ ਹੋਊਗਾ, ਬੱਚੇ ਬੈਠ ਕੇ ਦੇਖ ਸਕਦੇ ਆ, ਵਿੱਚ ਖੇਡ ਸਕਦੇ ਆ, ਅਤੇ ਉਹ ਆਪਣੇ ਕੋਲ ਪੂਰੀ ਉਹ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ, ਉਹ ਰੈਸਟੋਰੈਂਟ ਆ, ਉਹ ਸੈਕਿੰਡ ਰੈਸਟੋਰੈਂਟ ਆ, ਆਪਣਾ ਫਸਟ ਰੈਸਟੋਰੈਂਟ ਸੀਗਾ, ਅਤੇ ਉਹ ਸਲਾਈਡਸ ਵਗੈਰਾ ਆ ਰਹੀਆਂ ਨੇ ਉੱਤੋਂ, ਆਪਣੇ ਕੋਲ ਬਹੁਤ ਸਾਰੀਆਂ ਸਲਾਈਡਸ ਨੇ, ਅਤੇ ਆਪਣੇ ਕੋਲ ਦੋ ਵੇਵ ਪੂਲ ਨੇ, ਜਿਵੇਂ ਕਿ ਜਿਹੜੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਇੱਕ ਵੇਵ ਪੂਲ ਹੀ ਹੁੰਦਾ ਗਾ ਹਰੇਕ ਬੰਦੇ ਕੋਲ, ਆਪਾਂ ਦੋ ਲੈ ਕੇ ਆ ਰਹੇ ਹਾਂ। ਜਿਵੇਂ ਕਿ ਆਹ ਨਦੀ ਜਾ ਰਹੀ ਆਪਣੇ ਕੋਲ, ਆਹ ਨਦੀ ਆ ਜੀ ਸਾਰੀ, ਉੱਥੋਂ ਤੋਂ ਉੱਥੋਂ ਤੱਕ ਇਹ ਬੰਦ ਆ, ਅਤੇ ਇਹਦੇ ਵਿੱਚ ਪਾਣੀ ਚੱਲੂਗਾ, ਜਿਵੇਂ ਕਿ ਆਪਾਂ ਬੱਚੇ ਤੈਰ ਵੀ ਸਕਦੇ ਆ, ਅਤੇ ਜਮ੍ਹਾਂ ਜਿਵੇਂ ਆਪਾਂ ਨਦੀ ਦੀ ਹੋਊਗੀ ਇਹ ਸਾਰੀ ਘੁੰਮ ਕੇ ਆਊਗੀ ਉੱਪਰ ਦੀ। ਕਦੋਂ ਤੱਕ ਤਿਆਰ ਹੋਜੂ ਪ੍ਰੋਜੈਕਟ? ਇਹ ਆਪਣਾ ਪੂਰਾ ਅਪ੍ਰੈਲ ਤੱਕ ਸਟਾਰਟ ਕਰਦੇ।